ਬੰਦ ਪਿਆ ਠੰਡਾ ਥੋੜ੍ਹਾ ਜਿਹਾ, ਮੈਂ ਸਮਝਾਉਣਾ। ਇਹ ਗੁਰਮੀਤ ਪੁੱਤ ਆਹ ਦਾੜੀਆਂ ਐਵੇਂ ਨਹੀਂ ਚਿੱਟੀਆਂ ਹੋਈਆਂ, ਇਹਨਾਂ ਨੇ ਬਥੇਰੇ ਬਾਬਰ ਵਾਲੇ ਦੇਖੇ ਆ ਅਤੇ ਝੱਲੇ ਵੀ ਆ। ਹੋ ਸਕਦਾ ਤੇਰਾ ਭਾਪਾ ਕੋਈ ਚੰਗੀ ਗੱਲ ਹੀ ਕਹਿੰਦਾ ਹੋਵੇ, ਜਿਵੇਂ ਨਹੀਂ ਕਹਿੰਦੇ ਹੁੰਦੇ ਔਲੇ ਦਾ ਖਾਧਾ ਅਤੇ ਸਿਆਣੇ ਦਾ ਕਿਹਾ, ਹੈ ਨਾ, ਬਾਅਦ 'ਚ ਹੀ ਸਵਾਦ ਆਉਂਦਾ। ਤੈਨੂੰ ਤਾਂ ਪੁੱਤ ਪਤਾ ਨਹੀਂ, ਹੋ ਸਕਦਾ ਇਹਨੇ ਦੱਸਿਆ ਵੀ ਨਾ ਹੋਵੇ। ਜਦ ਤੂੰ 5-6 ਸਾਲਾਂ ਦਾ ਸੀ ਤੈਨੂੰ ਵਿਗੜ ਗਿਆ ਸੀ ਪਾਣੀ ਝਾਰਾ, ਅਤੇ ਇੱਥੇ ਛੋਟੇ ਮੋਟੇ ਡਾਕਟਰਾਂ ਨੇ ਜਵਾਬ ਦਿੱਤਾ ਸੀ। ਉਸ ਟਾਈਮ ਦੇ ਉੱਤੇ ਆਹ ਬੰਤੇ ਉੱਤੇ ਇੰਨੀ ਗਰੀਬੀ ਸੀਗੀ ਵੀ ਕੋਈ ਪੈਸਾ ਵੀ ਨਹੀਂ ਸੀ ਕੋਲੇ। ਇਹਨੇ ਤੇਰੀ ਬਿਮਾਰੀ ਦਾ ਇਲਾਜ ਕਰਾਉਣ ਵਾਸਤੇ ਸਪੈਸ਼ਲ ਰਾਤ ਨੂੰ 12 ਵਜੇ ਡਾਕਟਰ ਦਾ ਬੂਹਾ ਖੜਕਾਇਆ। ਡਾਕਟਰ ਨੇ ਮੂੰਹ ਅੱਡ ਲਿਆ ਸੀ ਉਦੋਂ ਵੀ ਇੱਥੇ ਤਾਂ ਲੱਗੂਗਾ ਹੀ 70,000 ਰੁਪਇਆ ਤਾਂ ਬਚੂ ਮੁੰਡਾ ਤੁਹਾਡਾ। ਉਸ ਟਾਈਮ 'ਤੇ 70,000 ਘੱਟੋ ਘੱਟ 5-60 ਲੱਖ ਵਰਗਾ ਸੀ। ਤੈਨੂੰ ਪਤਾ ਕਿੱਥੋਂ ਪੈਸਾ ਆਇਆ ਸੀ? ਟਰੈਕਟਰ ਵਿਚ ਗਿਆ ਸੀ ਬੰਤੇ ਦਾ, ਜ਼ਮੀਨ ਗਹਿਣੇ ਧਰਤੀ ਸੀ ਸੇਠ ਕੋਲੇ ਨੇ, ਜਿਹੜੀ ਕਿ ਅੱਧੀ ਜ਼ਿੰਦਗੀ ਲੰਘਾਤੀ ਇਹਨੇ ਛੁਡਾਉਣ ਵਾਸਤੇ। ਠੀਕ ਹੈ ਬੇਟੇ, ਦੁੱਗ ਦੁੱਗ ਤਾਂ ਠੀਕ ਹੈ ਵੀ ਦੁੱਗ ਦੁੱਗ ਕਰਵਾਓ, ਪਰ ਥੋੜ੍ਹੇ ਟਾਈਮ, ਜਿਹੜਾ ਤੂੰ ਪੜ੍ਹਿਆ ਲਿਖਿਆ ਇਨਸਾਨ ਆ, ਤੂੰ ਆਪਦੇ ਬਾਪੂ ਕੰਨੀ ਦੇਖ, ਇਹਨੇ ਕਦੇ ਤੈਨੂੰ ਫਿਰ ਵੀ ਦੁੱਖ ਮਹਿਸੂਸ ਕਦੇ ਹੋਣ ਦਿੱਤਾ? ਇਹ ਮੈਂ ਕਹਿੰਦਾ ਵੀ ਇਹ ਤਾਂ ਇੱਕ ਇੰਨੀ ਮਿਹਨਤ ਕਰੀ ਹੈ ਬੰਦੇ ਨੇ, ਇਹ ਤਾਂ ਫਰਿਸ਼ਤਾ ਇਹਦੇ ਵਰਗਾ ਤਾਂ ਹੋ ਨਹੀਂ ਸਕਦਾ। ਵੈਸੇ ਤਾਂ ਹਰ ਇੱਕ ਬੱਚੇ ਮਾਂ ਬਾਪ ਦੀ ਆਗਿਆ ਦਾ ਪਾਲਣ ਕਰਦੇ ਨੇ, ਪਰ ਇਸ ਬੰਦੇ ਨੇ ਜੋ ਤਪੱਸਿਆ ਕਰੀ ਹੈ ਮੈਂ ਕਹਿੰਦਾ ਵੀ ਰੱਬ ਵੀ ਨਹੀਂ ਕਰ ਸਕਦਾ। ਕਿਉਂਕਿ ਇਹਨੇ ਆਹੀ ਇੱਥੇ ਖੇਤਾਂ ਦੇ ਵਿੱਚ ਘੱਟੇ ਢੋਂਦਾ, ਇਹਨੂੰ ਮੈਂ ਬਚਪਨ ਤੋਂ ਦੇਖਿਆ ਘੱਟੇ ਢੋਂਦਾ ਰਾਤਾਂ ਨੂੰ ਆਹੀ ਸੱਪਾਂ ਦੀਆਂ ਖੁੱਡਾਂ 'ਤੇ, ਨਾ ਕਈ ਵਾਰ ਬਿਨਾਂ ਕੁਛ ਖਾਧੇ ਪੀਤੇ ਸੌਂ ਜਾਂਦਾ ਸੀਗਾ। ਤੈਨੂੰ ਤਾਂ ਇਹਨੇ ਕਦੇ ਮਹਿਸੂਸ ਹੋਣ ਦਿੱਤਾ? ਤੁਹਾਨੂੰ ਪੜ੍ਹਾਇਆ ਲਿਖਾਇਆ ਇਹਨੇ, ਤੇ ਭੈਣ ਦਾ ਵਿਆਹ ਕੀਤਾ, ਠੀਕ ਹੈ, ਤੁਹਾਨੂੰ ਘਰ ਬਣਾ ਕੇ ਦਿੱਤਾ। ਉਹ ਕਿਹੜੀ ਚੀਜ਼ ਤੁਸੀਂ ਕਹਿੰਦੇ ਹੋ ਆਈਫੋਨ ਫਲੰਨਾ, ਛੋਟੀਆਂ ਛੋਟੀਆਂ ਚੀਜ਼ਾਂ, ਕੀ ਤੁਹਾਡੀਆਂ ਲੋੜਾਂ ਪੂਰੀਆਂ ਕੀਤੀਆਂ ਨਹੀਂ? ਅੱਜ ਬੁਲਟ ਦੀ ਅਗਰ ਨਹੀਂ ਲੋੜ ਪੂਰੀ ਕਰਦਾ, ਇਹ ਕੁਛ ਦੇਖ ਕੇ, ਕੁਛ ਸੋਚ ਕੇ, ਕੁਛ ਸਮਝ ਕੇ ਤੈਨੂੰ ਕਹਿ ਰਿਹਾ, ਸਮਝਦਾ ਤੂੰ ਮੇਰੀ ਗੱਲ ਬੇਟਾ? ਕੱਟੀ ਬਾਈ।